लाइव हुए हैं जी। तो साढ़े नाल इस वक्त रमिंदर सिंह पटियाला ने जिहड़े कि संयुक्त किसान मोर्चे की जिहड़ी लीगल सैल है उहदे विच सीनियर मैंबर ने। तो एक सब तो वड्डा जिहड़ा सवाल आम लोगों वालों साढ़े नाल सारे जुड़े हुए मोर्चे नाल जुड़े हुए लोगों वालों सवाल पूछा जा रहा रणजीत सिंह बारे, जो कि 29 तरीक नूं जिन्हां नूं इत्थों अरैसट किया गया सी, उन्हां नाल कुटमार भी हुई, कि उन्हां दी बेल बारे जां उन्हां कदों जेल तों बाहर आउणा है, उस सवाल बहुत बार पुछया जांदा। ते अज उही सवाल दा जवाब आपां रमिंदर जी तों लवांगे जी। अमृत, गल इह है कि 49 नंबर FIR सी अलीपुर थाने दे विच, उहदे च जिन्ने रणजीत तों इलावा जिन्ने होर किसान वीर गिरफ्तार कीते सी, जिहड़े जां तां कोई सौदा लैण गया, कोई किसी तरह अपने काम करन दे गया, कोई ATM चों पैसे कढ़ाउण गया होया सी, तो उन्हां नूं गिरफ्तार कीता जी। उन्हां ते संगीन तरहां लातियां सीगियां, उह सारे जमानत ते बाहर आ चुके ने। रणजीत नूं अज ही साढ़े वकील साहब अंदर मिल के आए ने, असीं पहलां भी मुलाकात कीती है और असीं उसनूं उदों भी कहा सीगा कि कानूनी नुकता लगा तों स्टैप वाइज स्टैप इहदे च असीं अपना अमल करांगे। ਅੱਜ ਸਾਡੇ ਵਕੀਲ ਸਾਹਿਬ ਵੀਰ ਸਿੰਘ ਸੰਧੂ ਉਹਨਾਂ ਨੂੰ ਮਿਲ ਕੇ ਆਏ ਨੇ ਜੇਲ੍ਹ ਦੇ ਵਿੱਚ, ਔਰ ਉਹਨਾਂ ਨਾਲ ਉਹਨਾਂ ਦੀ ਜਮਾਨਤ ਦੇ ਨਾਲ ਜੁੜੇ ਹੋਏ ਜਿਹੜੇ ਕਾਨੂੰਨੀ ਪਹਿਲੂ ਨੇ ਉਹ ਵਿਚਾਰ ਕੇ ਆਏ ਨੇ, ਅਤੇ ਸ਼ਨੀਵਾਰ ਜਾਂ ਸੋਮਵਾਰ ਨੂੰ ਉਹਦੀ ਬੇਲ ਐਪਲੀਕੇਸ਼ਨ ਫਾਈਲ ਹੋ ਜਾਏਗੀ ਅਤੇ ਉਹ ਛੇਤੀ ਬਾਹਰ ਹੋਏਗਾ ਜੀ। ਅਤੇ ਦੂਸਰਾ ਇਹ ਸਵਾਲ ਹੈ ਜੀ, ਵੇਖੋ ਕਈ ਵਾਰ ਤੁਸੀਂ ਇਸ ਟੀਮ ਨਾਲ ਸ਼ੁਰੂ ਤੋਂ ਜੁੜੇ ਹੋਏ ਹੋ, ਅਤੇ ਜੋ ਕੁਛ ਵੀ ਇਹਦੇ ਵਿੱਚ ਹੁੰਦਾ ਉਹਦੇ ਤੋਂ ਮਤਲਬ ਹਰ ਚੀਜ਼ ਨਾਲ ਵਾਕਿਆ ਰਹਿੰਦੇ ਹੋ, ਕਿ ਸਮਾਂ ਕਿਉਂ ਲੱਗਿਆ ਪਹਿਲਾਂ 49 ਨੰਬਰ FIR ਦੇ ਵਿੱਚੋਂ? ਵੇਖੋ ਆਮ ਲੋਕ ਸਾਰੇ ਹੀ ਪੁੱਛਦੇ ਆ ਕਿ 49 ਨੰਬਰ FIR ਦੇ ਵਿੱਚ ਪਹਿਲਾਂ ਸਾਰਿਆਂ ਦੀ ਪਹਿਲਾਂ ਬੇਲ ਕਰਵਾਈ ਗਈ, ਫਿਰ ਰਣਜੀਤ ਦੀ ਅਖੀਰ ਦੇ ਵਿੱਚ ਬੇਲ ਕਰਵਾਈ ਗਈ, ਉਹਦਾ ਕੀ ਕਾਰਨ ਹੈ? ਵੇਖੋ ਵੀਰ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਚੀਜ਼ਾਂ ਨੂੰ ਵਕੀਲ ਤੈਅ ਕਰਦੇ ਨੇ। ਅਸੀਂ ਜਦੋਂ ਵਕੀਲਾਂ ਦੀ ਕੋਰ ਬਣਾਈ ਸੀ, ਅਸੀਂ ਗੁਰਦੁਆਰਾ ਰਕਾਬਗੰਜ ਦੇ ਵਿੱਚ ਜਦੋਂ ਬੈਠੇ ਹਾਂ ਉਹਨਾਂ ਨਾਲ, ਤਾਂ ਉਹਦੇ 'ਚ ਇੱਕ ਚੀਜ਼ ਅਸੀਂ ਤੈਅ ਕੀਤੀ ਸੀ, ਰਜਿੰਦਰ ਸਿੰਘ ਚੀਮਾ ਜਿਹੜੇ ਸੀਨੀਅਰ ਐਡਵੋਕੇਟ ਨੇ ਸੁਪਰੀਮ ਕੋਰਟ ਦੇ ਵੀ, ਔਰ ਉਹਨਾਂ ਨਾਲ ਬੈਠ ਕੇ ਜਦੋਂ ਗੱਲ ਤੈਅ ਕੀਤੀ ਸੀ, ਤਾਂ ਉਹਦੇ 'ਚ ਇੱਕ ਗੱਲ ਬਹੁਤ ਕਲੀਅਰ ਉਹਨਾਂ ਨੇ ਮੈਨਸ਼ਨ ਕੀਤੀ ਸੀਗੀ ਵੀ ਜਿਨ੍ਹਾਂ ਦੇ 307 ਨਹੀਂ ਪਹਿਲਾਂ ਉਹ ਬੇਲ ਕਰਾਵਾਂਗੇ, 307 ਧਾਰਾਵਾਂ 'ਚ ਵੀ ਜਿਨ੍ਹਾਂ ਦੇ ਵਿੱਚ ਕੋਈ ਮੈਡੀਕਲ ਗਰਾਊਂਡ ਨਹੀਂ ਹੈ ਜਾਂ ਕਹਿ ਲਈਏ ਕਿ ਮੈਡੀਕਲ ਰਿਪੋਰਟ ਨਹੀਂ ਹੈ ਟੈਸਟ ਜੀ, ਉਹ ਲਵਾਂਗੇ, ਫਿਰ ਮੈਡੀਕਲ ਰਿਪੋਰਟ ਆਈਆਂ ਲਵਾਂਗੇ। ਉਹ ਰਣਜੀਤ ਦਾ ਕੇਸ 3 ਨੰਬਰ 'ਚ ਫਾਲ ਕਰਦਾ ਸੀ ਸਾਡੀ ਉਸ ਪ੍ਰਾਇਓਰਟੀ ਲਿਸਟ 'ਚ ਜੀ, ਤਾਂ ਉਹਦੇ 'ਚ ਹੁਣ ਆਇਆ, ਹੁਣ ਰਸਤਾ ਬਣ ਗਿਆ। ਜੁਡੀਸ਼ਰੀ 'ਚ ਇਹ ਗੱਲ ਐਕਸਪੋਜ਼ ਹੋ ਗਈ ਹੈ ਕਿ ਸਮਝਣ ਲੱਗ ਗਈ ਹੈ ਜੁਡੀਸ਼ਰੀ ਕਿ ਕਿਸਾਨ ਐਜੀਟੇਸ਼ਨ 'ਚ ਸਰਕਾਰ ਨੇ ਜੋ ਸਾਜਿਸ਼ ਅੰਜਾਮ ਦਿੱਤੀ ਸੀਗੀ, ਉਸਦਾ ਭਾਂਡਾ ਜਿੱਦਾਂ ਚੁਰਾਹੇ ਭੱਜ ਗਿਆ, ਉਹਦੇ ਨਾਲ ਜੁਡੀਸ਼ਰੀ 'ਚ ਵੀ ਇਹ ਐਕਸਪੋਜ਼ਰ ਹੋਇਆ ਔਰ ਉਹ ਇਸ ਗੱਲ ਨੂੰ ਮੰਨ ਰਹੀ ਹੈ ਕਿਸਾਨਾਂ ਨਾਲ ਧੱਕਾ ਹੋਇਆ, ਇਸ ਕਰਕੇ ਚੀਜ਼ਾਂ ਸਾਡੇ ਫੇਵਰ 'ਚ ਗਈਆਂ ਨੇ ਕੁਛ ਜੀ। ਤੋ ਉਹ ਜਿਹੜੀਆਂ ਚੀਜ਼ਾਂ ਫੇਵਰ 'ਚ ਗਈਆਂ ਨੇ ਲਗਾਤਾਰ ਬੈਠੇ ਰਹਿਣ ਕਰਕੇ ਹੁਣ, ਤਾਂ ਉਹਦਾ ਬੈਨੀਫਿਟ ਜ਼ਰੂਰ ਹੋ ਰਿਹਾ, ਔਰ ਜਿੰਨਾ 'ਚ ਸਰਕਾਰ ਦੀ ਕੋਸ਼ਿਸ਼ ਇਹ ਸੀ ਵੀ ਇੱਦਾਂ ਦੀਆਂ ਧਰਾਵਾਂ ਲਾ ਕੇ ਅੰਦਰ ਸੁੱਟ ਦਈਏ ਕਿਸਾਨ ਵੀਰਾਂ ਨੂੰ, ਨੌਜਵਾਨ ਵੀਰਾਂ ਨੂੰ, ਕਿ ਵੀ ਉਹ ਖੱਜਲ ਹੋਣ ਜੀ। ਪਰ ਵਕੀਲਾਂ ਨੇ ਬਹੁਤ ਮਿਹਨਤ ਕੀਤੀ ਹੈ, 24x7 ਜਿਹਨੂੰ ਕਹੀਏ ਕਿ ਦਿਨ ਰਾਤ ਇੱਕ ਕਰ ਦਿੱਤਾ, ਔਰ ਹੁਣ ਵੀ ਤੁਸੀਂ ਦੇਖ ਲਓ ਕਿ ਤੁਸੀਂ ਸਾਨੂੰ ਫੜਿਆ ਇੱਕ ਕਿਸਮ ਦਾ ਵੀ ਲਾਈਵ ਕਰਨਾ ਤੁਹਾਨੂੰ, ਅਤੇ ਅਸੀਂ ਰੋਜ਼ ਦਿਹਾੜੀ ਦਾ ਹੀ ਕੰਮ ਹੈ ਕਿ ਦੁਪਹਿਰ ਪਹਿਲਾਂ ਸਵੇਰੇ ਸਟੇਜ 'ਤੇ ਹੋਈਦਾ ਆ, ਉਹ ਕੰਮ ਕਾਰ ਜਿਹੜੀਆਂ ਡਿਊਟੀਆਂ ਲੱਗੀਆਂ ਉਹ ਕਰੀਦੀਆਂ, ਦੁਪਹਿਰ 'ਚ ਜਿਹਨੂੰ ਨਿਕਲ ਜਾਈਦਾ ਆ, ਪਹਿਲਾਂ ਗੁਰਦੁਆਰਾ ਰਕਾਬਗੰਜ ਦੇ ਵਿੱਚ ਸਾਰੇ ਦਿਨ ਦਾ ਪ੍ਰੋਸੈਸ ਕੀ ਕਿੰਨੀਆਂ ਵੇਲਾਂ ਹੋ ਗਈਆਂ, ਕੀ ਅੱਗੇ ਕਾਰਜ ਲੈਣਾ, ਤਾਂ ਉਹ ਡਿਸਕਸ ਕਰੀਦਾ, ਕੋਈ ਰਾਹ ਬਣਾਈਦਾ, ਉਸ ਤੋਂ ਬਾਅਦ 'ਚੋਂ ਤਿਹਾੜ ਜੇਲ੍ਹ ਜਾਈਦਾ ਆ, ਜਿਹੜੇ ਬੇਲ ਆਊਟ ਹੋਏ ਨੇ ਵੀਰ ਉਹਨਾਂ ਨੂੰ ਉਹਨਾਂ ਦਾ ਸਵਾਗਤ ਕਰੀਦਾ ਆ ਜਾਂ ਉਹਨਾਂ ਨੂੰ ਹੌਸਲਾ ਦੇਈਦਾ ਆ, ਤਾਂ ਉਹ ਪਹਿਲਾਂ ਹੀ ਚੜ੍ਹਦੀ ਕਲਾ 'ਚ ਆਉਂਦੇ ਨੇ, ਅਤੇ ਫਿਰ ਕੁਛ ਵੈਸੇ ਵੀ ਜਿਹੜੀਆਂ ਜਮਾਨਤ ਨਾਲ ਜੁੜੀਆਂ ਹੋਈਆਂ ਪੇਚੀਦਗੀਆਂ ਨੇ ਉਹਨਾਂ ਨਾਲ ਸਾਂਝੀਆਂ ਕਰਨੀਆਂ ਪੈਂਦੀਆਂ ਨੇ ਵੀ ਆਹ ਚੀਜ਼ਾਂ ਆਪਾਂ ਨੂੰ ਜ਼ਰੂਰ ਹੱਲੇ ਕਰਨੀਆਂ ਪੈਣਗੀਆਂ, ਅਤੇ ਫਿਰ ਉੱਥੋਂ ਵਿਹਲੇ ਹੋ ਕੇ ਆਈਦਾ ਆ, ਅਤੇ ਰੋਜ਼ ਹੀ ਇਹ ਟਾਈਮ ਆ ਜਿਹੜਾ ਹੋ ਚੁੱਕਾ ਹੈ। ਬਿਲਕੁਲ, ਮੈਂ ਇਹ ਗੱਲ ਕਲੀਅਰ ਦੁਬਾਰਾ ਫੇਰ ਕਰ ਦਿੰਦਾ ਕਿ ਇਹ ਜਿਹੜਾ ਅੱਧੀ ਰਾਤ ਨੂੰ ਲਾਈਵ ਹੋਣ ਦਾ
ਮਕਸਦ ਕੀ ਆ ਕਿ ਇਹਨਾਂ ਦਾ ਰੂਟੀਨ ਹੀ ਇਹ ਹੈ ਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਦੁਪਹਿਰ ਇੱਕ ਵਾਰੀ ਦਿੱਲੀ ਜਾਂਦੇ ਨੇ ਗੁਰਦੁਆਰਾ ਰਕਾਬਗੰਜ ਸਾਹਿਬ, ਉਸ ਤੋਂ ਬਾਅਦ ਫਿਰ ਉੱਥੇ ਡਿਸਕਸ਼ਨ ਹੁੰਦੀ ਹੈ, ਫਿਰ ਸ਼ਾਮ ਤੋਂ ਬਾਅਦ ਤਿਹਾੜ ਜਾਂਦੇ ਨੇ ਜਿਹੜੇ ਜਿਹੜੇ ਲੋਕ, ਜਿਵੇਂ ਅੱਜ ਰਿਹਾਈ ਹੋਈ ਸੀ ਉੱਥੇ ਵੀ ਮਤਲਬ ਸੰਯੁਕਤ ਕਿਸਾਨ ਮੋਰਚਾ ਦੀ ਟੀਮ ਦੇ ਆਗੂ ਸਨ, ਅਤੇ ਉਸ ਤੋਂ ਬਾਅਦ ਰਾਤ ਨੂੰ ਰਾਤ ਦੇ 1 ਵਜੇ ਦੇ ਕਰੀਬ ਰੂਟੀਨ ਦੇ ਵਿੱਚ ਇਹ ਵਾਪਸ ਆਉਂਦੇ ਆ ਇੱਥੇ ਆਪਣੇ ਸਿੰਘੂ ਬਾਰਡਰ ਦੇ ਉੱਤੇ। ਅਤੇ ਹੋਰ ਜਿਵੇਂ ਕਿ ਆਪਾਂ ਗੱਲ ਕਰ ਲਈਏ ਜਿਹੜੇ ਕਰੰਟ ਇਸ਼ੂ ਚੱਲ ਰਹੇ ਆ, ਜਿਵੇਂ ਤਾਪਸੀ ਪੰਨੂ ਜਾਂ ਅਨੁਰਾਗ ਕਸ਼ਯਪ ਦੇ ਉੱਤੇ, ਉਹ ਫਾਰਮਰ ਪ੍ਰੋਟੈਸਟ ਦੇ ਵਿੱਚ ਹੈਲਪ ਕਰਨ ਨੂੰ ਲੈ ਕੇ ਉਹਨਾਂ ਦੇ ਸਰਕਾਰ ਰੇਡਾਂ ਕਰ ਰਹੀ ਹੈ, ਜਾਂ ਉਸ ਦੇ ਉੱਤੇ ਆਪਣਾ ਕੀ ਸਟੈਂਡ ਆ, ਤੁਸੀਂ ਇਹ ਵੀ ਕਲੀਅਰ ਕਰ ਦਿਓ। ਦੇਖੋ, ਜਿਨ੍ਹਾਂ ਲੋਕਾਂ ਨੇ ਵੀ ਇਸ ਕਿਸਾਨ ਸੰਘਰਸ਼ 'ਚ ਹਮਾਇਤ ਕੀਤੀ, ਸਮਰਥਨ ਚ ਆਏ, ਉਹਨਾਂ ਨੂੰ ਉਹਨਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਆੜ੍ਹਤੀਆਂ ਦੇ ਉੱਪਰ ਪੰਜਾਬ ਦੇ ਵਿੱਚ ਰੇਡਾਂ ਹੋਈਆਂ, ਹੁਣ ਬਾਲੀਵੁੱਡ ਦੇ ਵਿੱਚ ਜਿਹੜੇ ਲੋਕ ਸਾਡੇ ਸਮਰਥਨ 'ਚ ਆਏ ਉਹਨਾਂ 'ਚ ਤਾਪਸੀ ਪੰਨੂ ਅਤੇ ਅਨੁਰਾਗ ਕਸ਼ਯਪ ਸੀ, ਉਹਨਾਂ 'ਤੇ ਕੀਤੀਆਂ, ਅਸੀਂ ਇਹਦੀ ਨਿਖੇਧੀ ਕੀਤੀ ਹੈ। ਔਰ ਜਿਹੜਾ ਇੱਕ ਗੱਲ ਇਹ ਵੀ ਸੀ ਕਿ ਪਹਿਲਾਂ ਕਿਸਾਨ ਵੀਰਾਂ ਨੂੰ ਵੀ ਨੋਟਿਸ ਆ ਰਹੇ ਸੀ, ਤਾਂ ਉਦੋਂ ਅਸੀਂ ਸਾਰੇ ਦੇਸ਼ ਭਰ ਦੇ ਵਿੱਚ ਉੱਦਣ 24 ਤਰੀਕ ਨੂੰ ਤਹਿਸੀਲ ਅਤੇ ਜ਼ਿਲ੍ਹਾ ਕੇਂਦਰਾਂ 'ਤੇ ਕਿਸਾਨ ਮੋਰਚੇ ਨੇ ਜੋ ਕਾਲ ਦਿੱਤੀ ਸੀ ਜਬਰ ਵਿਰੋਧੀ ਦਿਵਸ ਦੀ, ਤਾਂ ਉਹਦੇ 'ਚ ਪ੍ਰੋਟੈਸਟ ਹੋਏ ਅਤੇ ਮੈਮੋਰੈਂਡਮ ਭੇਜੇ ਨੇ, ਔਰ ਜਿਨ੍ਹਾਂ 'ਚ ਇਸ ਦਾ ਵੀ ਅਸਰ ਹੈ। ਔਰ ਇਸ ਦੇ ਇਲਾਵਾ ਜਿਹੜਾ ਇੱਕ ਇੰਪੈਕਟ ਇਹ ਵੀ ਹੋਇਆ ਹੈ ਕਿ ਵੀ ਵਕੀਲਾਂ ਨੇ ਜਿਹੜਾ ਐਂਟੀਸਪੇਟਰੀ ਬੇਲਸ ਪਾਈਆਂ ਜਿਨ੍ਹਾਂ ਨੂੰ ਕੋਈ ਨੋਟਿਸ ਆਏ ਸੀ, ਤਾਂ ਉਹ ਜਦੋਂ ਹੋ ਗਈਆਂ ਜਿਹੜਾ ਇਹ ਸਾਰੀ ਚੀਜ਼ ਐਕਸਪੋਜ਼ ਹੋਈ ਹੈ, ਤਾਂ ਉਸ ਤੋਂ ਬਾਅਦ ਚੋਂ ਇਹਨਾਂ ਦੋ ਸਾਰੇ ਰਲਵੇਂ ਮਿਲਵੇਂ ਐਫਰਟਸ ਦਾ ਇਹ ਹੋਇਆ ਕਿ ਉਹ ਨੋਟਿਸ ਆਉਣੇ ਬੰਦ ਹੋ ਗਏ। ਤਾਂ ਇਸੇ ਤਰ੍ਹਾਂ ਉਦੋਂ ਪਹਿਲਾਂ ਵੀ ਜਦੋਂ ਆੜ੍ਹਤੀਆਂ 'ਤੇ ਹੋਇਆ ਸੀਗਾ, ਤਾਂ ਉਦੋਂ ਵੀ ਅਸੀਂ ਇਸ ਮਾਮਲੇ 'ਤੇ ਆਵਾਜ਼ ਉਠਾਈ ਸੀ, ਤਾਂ ਨੈਚੁਰਲੀ ਹੁਣ ਵੀ ਅਸੀਂ ਕੱਲ੍ਹ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹਦਾ ਨਿਖੇਧੀ ਦਾ ਬਿਆਨ ਗਿਆ ਹੈਗਾ ਆ, ਉਹ ਅੱਜ ਵੀ ਅਸੀਂ ਇਸੇ ਗੱਲ ਦੇ ਉੱਪਰ ਹੈਗੇ ਹਾਂ ਅਤੇ ਜੇ ਜ਼ਿਆਦਾ ਤੰਗ ਕਰਨਗੇ ਤਾਂ ਕੁਛ ਨਾ ਕੁਛ ਹੋਰ ਵੀ ਕਰਾਂਗੇ। ਉਦਾਂ ਅੱਜ ਇੱਕ ਇਹ ਵੀ ਹੈਗਾ ਕਿ ਮਜ਼ਦੂਰ ਅਧਿਕਾਰ ਸੰਗਠਨ ਦੇ ਜਿਹੜੇ ਸ਼ਿਵ ਕੁਮਾਰ ਸੀਗੇ ਆਗੂ, ਉਹਨਾਂ ਨੂੰ ਵੀ ਅੱਜ ਕਰਨਾਲ ਜੇਲ੍ਹ 'ਚੋਂ ਰਿਹਾਈ ਮਿਲੀ ਆ, ਉਹ ਜ਼ਮਾਨਤ ਹੋਈ ਹੈ, 3 ਕੇਸ ਉਹਨਾਂ 'ਤੇ ਵੀ ਸੀ ਅਤੇ 3ਜੇ 'ਚ ਵੀ ਅੱਜ ਉਹਨਾਂ ਦੀ ਜ਼ਮਾਨਤ ਹੋ ਗਈ ਆ। ਤੋ ਇਹ ਵੀ ਸੰਯੁਕਤ ਕਿਸਾਨ ਮੋਰਚਾ ਦਾ ਜਿਹੜਾ ਇਹ ਸਾਰਾ ਸਾਰੀ ਟੀਮ ਸੀ, ਇਹ ਸਾਰੀ ਵਕੀਲਾਂ ਦੀ, ਉਹਨਾਂ 'ਚੋਂ ਹੀ ਅਪੀਅਰ ਹੋਏ ਨੇ ਉੱਥੇ ਵਕੀਲ ਉਹਨਾਂ ਦੇ ਮਾਮਲੇ 'ਚ। ਤੋ ਉਮੀਦ ਆ ਕਿ ਸਾਰੇ ਬਾਹਰ ਆਉਣਗੇ। ਅੱਜ ਹੁਣ ਸਾਡੀ ਪ੍ਰਿਓਰਟੀ ਇਹ ਹੈ, ਜਿਹਨੂੰ ਕਹਿੰਦੇ ਹੁੰਦੇ ਨੇ ਕਿ ਵੀ ਅਸੀਂ ਸਟੈਪ ਬਾਈ ਸਟੈਪ ਆਪਣੇ ਟਾਸਕ ਮਿੱਥੇ ਸੀਗੇ, ਤਾਂ ਉਹਨਾਂ ਟਾਸਕਾਂ ਦੇ ਵਿੱਚ ਹੁਣ ਅਗਲਾ ਕਦਮ ਹੈਗਾ ਆ ਰਣਜੀਤ ਸਿੰਘ ਕਾਜਮਪੁਰ ਦੀ ਬੇਲ ਕਰਵਾਉਣਾ, ਅਤੇ ਉਹ ਬੇਲ ਜਦੋਂ ਹੋ ਜਾਏਗੀ ਤਾਂ ਫਿਰ ਅਸੀਂ ਜ਼ਰੂਰ ਇਸ ਟੀਮ ਨੇ ਜਿਹਨੇ ਬਹੁਤ ਮਿਹਨਤ ਕੀਤੀ ਹੈ ਨਾ, ਵਕੀਲ ਮਿੱਤਰਾਂ ਨੇ ਸਾਡਿਆਂ ਨੇ, ਕੁਛ ਸਾਡੇ ਦੋਸਤ ਨੇ, ਕੁਛ ਸੀਨੀਅਰ ਨੇ ਸਾਡੇ, ਜਾਂ ਕੁਛ ਜਿਹਨੂੰ ਕਹਿ ਲਈਏ ਕਿ ਮਦਦ ਕਰਨਾ ਚਾਹੁੰਦੇ ਸੀ ਸਾਰੇ ਯੰਗ ਲੋਇਰਸ ਨੇ, ਤਾਂ ਇਹ ਇਹਨਾਂ ਸਾਰਿਆਂ ਨੂੰ ਅਸੀਂ ਜ਼ਰੂਰ ਇੱਕ ਗੱਲ ਇਹ ਕੱਲ੍ਹ ਪਰਸੋਂ ਸੰਯੁਕਤ ਕਿਸਾਨ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਵੀ ਬੈਠੀ ਸੀ, ਮੀਟਿੰਗ ਸੀ, ਤਾਂ ਉਹਦੇ 'ਚ ਮੈਂ ਗੱਲ ਰੱਖੀ ਸੀ ਵੀ ਇਹਨਾਂ ਨੂੰ ਆਨਰ ਕਰਨਾ ਚਾਹੀਦਾ। ਜਿੱਦਣ ਰਣਜੀਤ ਹੋਣਾ ਦੀ ਬੇਲ ਹੋ ਗਈ ਤਾਂ ਅਸੀਂ ਇੱਕ ਘੱਟੋ ਘੱਟ ਇੱਕ ਵੱਡਾ ਹਿੱਸਾ ਬਾਹਰ ਲੈ ਆਵਾਂਗੇ। 151 ਕਿਸਾਨ ਵੀਰ ਅੰਦਰ ਸੀਗੇ, ਤਾਂ ਉਹਨਾਂ ਦੇ ਵਿੱਚੋਂ ਲਗਭਗ 130 ਦੀਆਂ ਜ਼ਮਾਨਤਾਂ ਹੋ ਗਈਆਂ ਨੇ, ਔਰ ਅੱਜ ਹੁਣ ਤੱਕ 122-123 ਕਿਸਾਨ ਰਿਹਾ ਹੋ ਗਏ ਨੇ। ਅੱਜ ਇੱਕ ਵੱਡਾ ਬੱਚਾ ਸੀ ਦੀਪਕ ਜਿਹੜਾ ਜੁੜਿਆ, ਉਹਦੀ ਕੋਈ ਟੈਕਨੀਕਲ ਪੁਆਇੰਟ ਫਸ ਗਿਆ ਕਿ ਪੁਲਿਸ ਨੇ ਦੇ ਕਾਗਜ਼ਾਂ 'ਚ ਉਹਦੇ 'ਤੇ ਧਾਰਾ ਹੋਰ ਲਿਖੀ ਸੀ, ਅਤੇ ਜਿਹੜਾ ਅਦਾਲਤ 'ਚੋਂ ਕਾਗਜ਼ ਬਣ ਕੇ ਆਇਆ ਤਾਂ ਉਹ ਥੋੜ੍ਹਾ ਮੇਲ ਨਹੀਂ ਹੋਇਆ, ਉਹ ਟੈਕਨੀਕਲੀ ਕੱਲ੍ਹ ਕਲੀਅਰ ਹੋ ਜਾਏਗਾ ਤਾਂ ਉਹ ਵੀ ਬਾਹਰ ਆ ਜਾਏਗਾ, ਅਤੇ ਲਗਭਗ 125 ਕਿਸਾਨ ਆ ਜਿਹੜਾ ਉਹ ਰਿਹਾ ਹੋ ਜਾਏਗਾ। ਹੁਣ ਅਗਲੀ ਗੱਲ ਹੈਗੀ ਹੈ ਜਿਹੜਾ ਇੱਕ ਪੁਆਇੰਟ ਹੈ ਜਿਹੜਾ ਕਿ ਮਿਸਿੰਗ ਦਾ ਨੰਬਰ ਪਹਿਲਾਂ ਬਹੁਤ ਜ਼ਿਆਦਾ ਸੀ ਪਰ ਉਹ ਆਇਡੈਂਟੀਫਾਈਡ ਹੋ ਗਏ, ਕੁਛ ਵਾਪਸ ਆ ਗਏ, ਕੁਛ ਹੋਰ ਹੋ ਗਿਆ, ਤਾਂ ਇਹ ਨੰਬਰ ਬਹੁਤ ਥੋੜ੍ਹਾ ਹੈ ਹੁਣ, ਤਾਂ ਉਸ ਮਾਮਲੇ 'ਚ ਵੀ ਅਸੀਂ ਉਹ ਪੈਰਵਾਈ ਸ਼ੁਰੂ ਕੀਤੀ ਹੋਈ ਹੈ। ਤੋ ਕਦਮ ਬਾਈ ਕਦਮ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ। ਜਿੱਥੋਂ ਤੱਕ ਇਹ ਹੈ ਕਿ ਜਦੋਂ ਬੇਲ ਹੋ ਜਾਣਗੀਆਂ ਫਿਰ ਜ਼ਰੂਰ ਜਿਨ੍ਹਾਂ ਮਾਮਲਿਆਂ ਦੇ ਵਿੱਚ ਪੁਲਿਸ ਨੇ ਵਧੀਕੀ ਕੀਤੀ ਆ ਉਹਨਾਂ 'ਤੇ ਵੀ ਕੁਛ ਨਾ ਕੁਛ ਜ਼ਰੂਰ ਜਿਹੜਾ ਆਪਣੇ ਆ ਪਟੀਸ਼ਨਸ ਪਾਵਾਂਗੇ। ਇਹ ਅਸੀਂ ਬੈਠ ਕੇ ਮੀਟਿੰਗ 'ਚ ਵੀ ਵਿਚਾਰਿਆ ਹੋਇਆ, ਕੁਛ ਗੱਲਾਂ ਵਕਤ ਤੋਂ ਪਹਿਲਾਂ ਮੈਂ ਨਹੀਂ ਕਹਿਣੀਆਂ ਚਾਹੁੰਦਾ, ਉਹ ਠੀਕ ਨਹੀਂ ਹੁੰਦੀਆਂ, ਉਹ ਜਿਵੇਂ ਜਿਵੇਂ ਸਟੈਪ ਬਾਈ ਸਟੈਪ ਅੱਗੇ ਤੁਰਦਾ ਜਾਓ। ਇੱਕ ਗੱਲ ਜ਼ਰੂਰ ਹੈ, ਅਸੀਂ ਇੰਸ਼ੋਰ ਵੀ ਕੀਤਾ ਅੱਜ ਵੀ ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ 'ਤੇ ਵੀਰਾਂ ਨੂੰ ਸਨਮਾਨਿਤ ਕੀਤਾ ਗਿਆ। ਕੱਲ੍ਹ ਤੁਸੀਂ ਉੱਥੇ ਹੀ ਸੀ ਗੁਰਦੁਆਰਾ ਰਕਾਬਗੰਜ ਦੇ ਵਿੱਚ ਜਦੋਂ ਤੁਸੀਂ ਲਾਈਵ ਕੀਤਾ ਸੀ, ਤਾਂ ਮੈਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਸਨਮਾਨਾਂ 'ਚੋਂ ਇੱਕ ਮਿਲਿਆ ਜਦੋਂ ਤਾਰੀ ਵਾਲੇ ਪਿੰਡ ਦੇ 11 ਵੀਰਾਂ ਨੇ ਸਾਨੂੰ ਸਨਮਾਨਿਤ ਕੀਤਾ। ਤਾਂ ਮੈਨੂੰ ਉਹ ਬਹੁਤ ਚੰਗਾ ਵੀ ਲੱਗਿਆ,
ਤਾਂ ਲੱਗਿਆ ਵੀ ਅਸੀਂ ਉੱਦਾਂ ਕੋਸ਼ਿਸ਼ ਕੀਤੀ ਹੈ ਵੀ ਨਹੀਂ ਆਪਣਾ ਕੰਮ ਕਰੀਏ ਜੋ ਸਾਨੂੰ ਕੰਮ ਦਿੱਤਾ ਹੈ ਤਾਂ ਉਸ ਸਨ ਉਹਦਾ ਸਨਮਾਨ ਮਿਲਿਆ ਤਾਂ ਜ਼ਿੰਮੇਵਾਰੀ ਵੀ ਵੱਧਦੀ ਹੈ ਔਰ ਉਹੀ ਜ਼ਿੰਮੇਵਾਰੀ ਸਾਨੂੰ ਹੌਸਲਾ ਦਿੰਦੀ ਹੈ ਸਾਡੀ ਮੂਵਮੈਂਟ ਹੈ ਸਾਡਾ ਅੰਦੋਲਨ ਹੈ ਔਰ ਇਹ ਅੰਦੋਲਨ ਲਈ ਅਸੀਂ ਜੇ ਕੋਈ ਕੰਮ ਕਰ ਰਹੇ ਹਾਂ ਤਾਂ ਇਹ ਸਾਡਾ ਫਰਜ਼ ਵੀ ਹੈ ਅਤੇ ਸਾਡੇ ਹੱਕਾਂ ਦੀ ਲੜਾਈ ਵੀ ਹੈ ਔਰ ਇਸ ਦੇ ਵਿੱਚ ਟਾਈਮ ਕੁਛ ਨਹੀਂ ਜੇ ਵਕੀਲ ਮਤਲਬ ਤੁਸੀਂ ਦੇਖਦੇ ਹੀ ਆ ਤੁਸੀਂ ਗਏ ਸੀ ਅੱਜ ਤਾਂ ਨਹੀਂ ਤਾਂ ਮੋਸਟਲੀ ਵਕੀਲ ਇਹ ਹੁੰਦਾ ਵੀ ਬੇਲ ਕਰਾਤੀ ਅਤੇ ਬੰਦਾ ਆਪ ਰਿਹਾ ਕਰਾਉਂਦਾ ਪਰ ਉਹ ਅਦਾਲਤ ਉੱਥੇ ਤਿਹਾੜ ਜੇਲ੍ਹ ਆ ਕੇ ਵੀ ਖੜ੍ਹਦੇ ਨੇ ਤਾਂ ਉਹ ਇੱਕ ਜਜ਼ਬਾ ਇੱਕ ਭਾਵਨਾ ਹੈਗੀ ਹੈ ਅਤੇ ਉਸ ਭਾਵਨਾ ਦੇ ਵਿੱਚ ਸਾਰੇ ਹੀ ਵਿਚਰ ਰਹੇ ਹਾਂ ਅਸੀਂ ਅਤੇ ਟਾਈਮ ਦਾ ਕੋਈ ਮਤਲਬ ਨਹੀਂ ਹੁਣ ਇੰਦਰੇ ਕੱਟ ਸਕਦੇ ਹਾਂ ਪਰ ਇਹ ਲਹਿਰ ਜਿੱਤਣੀ ਹੈ ਮੈਂ ਵੀ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਗੁਰਮੁਖਵੀਰ ਜੀ ਨੇ ਉੱਥੇ ਯੰਗ ਲੋਇਰ ਉਹਨਾਂ ਨਾਲ ਮੈਂ ਜਦੋਂ ਗੱਲਬਾਤ ਕਰ ਰਿਹਾ ਸੀ ਤੁਸੀਂ ਨੇੜੇ ਸੀਗੇ ਉਹਨਾਂ ਨੇ ਕਾਫੀ ਚੀਜ਼ਾਂ ਦੱਸੀਆਂ ਕਿ ਹਾਂ ਪੁਲਿਸ ਦਾ ਪਹਿਲਾਂ ਟਾਈਮ ਲੰਘ ਚੁੱਕਿਆ ਬਹੁਤ ਸਾਰੇ ਲੋਕ ਆਪਣੇ ਦੇ ਵਿੱਚ ਆਪਾਂ ਨੂੰ ਸਲਾਹਾਂ ਆਉਂਦੀਆਂ ਸੀਗੀਆਂ ਕਿ ਆਪਾਂ ਉਹਨਾਂ ਦੇ ਉੱਤੇ ਕਿਉਂ ਨਹੀਂ ਪੁਲਿਸ ਦੇ ਉੱਤੇ ਐਕਸ਼ਨ ਲੈਂਦੇ ਹੈਗੇ ਕੁਝ ਚੀਜ਼ਾਂ ਵੇਖੋ ਮਤਲਬ ਸਮੇਂ ਤੋਂ ਪਹਿਲਾਂ ਕਹਿਣੀਆਂ ਅਤੇ ਕਰਨੀਆਂ ਪੋਸੀਬਲ ਨਹੀਂ ਹੁੰਦੀਆਂ ਹੈਗੀਆਂ ਉਹਨਾਂ ਨੇ ਵੀ ਉੱਦਾਂ ਹੀ ਆਖਿਆ ਵੀ ਜਦੋਂ ਆਪਾਂ ਸਾਰਿਆਂ ਦੀਆਂ ਇੱਕ ਵਾਰੀ ਬੇਲਾਂ ਕਰਾ ਲਾਂਗੇ ਅਤੇ ਉਸ ਤੋਂ ਬਾਅਦ ਸਾਡੀ ਵਾਰੀ ਹੋਏਗੀ ਉਸ ਤੋਂ ਬਾਅਦ ਅਸੀਂ ਉਹ ਸਟੈਪਾਂ ਦੇ ਉੱਤੇ ਕੰਮ ਕਰਾਂਗੇ ਬਾਕੀ ਜੀ ਮੈਂ ਅਸੀਂ ਕਰੀਬ ਤੋਂ ਵੇਖਦੇ ਹਾਂ ਜਾਂ ਵੇਖਦੇ ਹਾਂ ਉਹ ਮਿਹਨਤ ਬਹੁਤ ਆ ਉਹ ਟੀਮ ਦੀ ਜਾਂ ਤੁਹਾਡੀ ਬਹੁਤ ਜ਼ਿਆਦਾ ਮਿਹਨਤ ਆ ਜਿਹਨੂੰ ਬਾਕੀ ਐਪਰੀਸ਼ੀਏਟ ਕਰਨਾ ਚਾਹੀਦਾ ਮੈਂ ਸਿਰਫ ਇੱਕੋ ਗੱਲ ਕਹੂੰਗਾ ਸਾਡਾ ਤਾਂ ਇਹ ਫਰਜ਼ ਹੈ ਸਾਡੀ ਡਿਊਟੀ ਹੈ ਵਕੀਲ ਸਮਰਥਨ 'ਚ ਆਏ ਸੀ ਉਹਨਾਂ ਵੀਰਾਂ ਦਾ ਵਾਕਈ ਸ਼ੁਕਰਾਨਾ ਆ ਔਰ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਰੀਅਲ ਰੂਪ 'ਚ ਸਮਰਥਨ ਕੀਤਾ ਲੋਕ ਬਹੁਤ ਸਾਰੇ ਕਈ ਵਾਰੀ ਸਮਰਥਨ ਕਰ ਜਾਂਦੇ ਨੇ ਪਰ ਵੇਲੇ ਵੇਲੇ ਕੰਮ ਨਹੀਂ ਆਉਂਦੇ ਪਰ ਉਹਨਾਂ ਨੇ ਬਹੁਤ ਜ਼ਿਆਦਾ ਢੰਗ ਨਾਲ ਔਰ ਬੜੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਸੰਯੁਕਤ ਕਿਸਾਨ ਮੋਰਚਾ ਵੱਲੋਂ ਉਹਨਾਂ ਦਾ ਇੱਕ ਵਾਰੀ ਫਿਰ ਧੰਨਵਾਦ ਦਿੱਲੀ ਸਿੰਘ ਗੁਰਦੁਆਰਾ ਮੈਨੇਜਿੰਗ ਕਮੇਟੀ ਦਾ ਇਸ ਕਰਕੇ ਧੰਨਵਾਦ ਹੈ ਮਨਜਿੰਦਰ ਸਿੰਘ ਸਰਸਾ ਹੋਣਾ ਦਾ ਕਿ ਉਹਨਾਂ ਨੇ ਸਾਨੂੰ ਇੱਕ ਕਿਸਮ ਨਾਲ ਆਪਣਾ ਦਫ਼ਤਰ ਮੁਹੱਈਆ ਕਰਾ ਕੇ ਕੁਛ ਚੀਜ਼ਾਂ ਕਰਾਉਣ ਕਰਨ 'ਚ ਸਾਨੂੰ ਬਹੁਤ ਸੌਖ ਮਹਿਸੂਸ ਹੋਈ ਨਹੀਂ ਤਾਂ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਉਨੀ ਖੁੱਲ੍ਹੀ ਥਾਂ ਉਸ ਤਰ੍ਹਾਂ ਦਾ ਸੈਟਅਪ ਸਾਨੂੰ ਹੋਰ ਸ਼ਾਇਦ ਥਾਂ ਕਿਸੇ ਨਾਲ ਮਿਲਦਾ ਅਤੇ ਉਹਨਾਂ ਵੀਰਾਂ ਨੂੰ ਯੰਗ ਲਾਇਰਸ ਨੂੰ ਕੰਮ ਕਰਦੇ ਹੋਏ ਦਿੱਕਤ ਆਉਣੀ ਸੀਗੀ ਉਹਨਾਂ ਦਾ ਵੀ ਧੰਨਵਾਦ ਹੈ ਬਹੁਤ ਸਾਰੀਆਂ ਸੰਸਥਾਵਾਂ ਨੇ ਐਫਰਟ ਲਾਇਆ ਹੈਗਾ ਆ ਤਾਂ ਉਹ ਸਾਰਿਆਂ ਦਾ ਹੀ ਵੇਲਾ ਆਉਣ 'ਤੇ ਧੰਨਵਾਦ ਕਰਾਂਗੇ ਠੀਕ ਠਾਕ ਨਾਲ ਧੰਨਵਾਦ ਕਰਨ ਦਾ ਤਰੀਕਾ ਇਹ ਹੋਏਗਾ ਕਿ ਉਹਨਾਂ ਨੇ ਜੋ ਇੱਕ ਕਿਸਮ ਨਾਲ ਆਪਣੀ ਵਲੰਟੀਅਰ ਸੇਵਾ ਆਪਣੇ ਕੋਲੋਂ ਸਮਾਂ ਲਾ ਕੇ ਊਰਜਾ ਲਾ ਕੇ ਔਰ ਮੋਨੀਟਰੀ ਜਿਹੜੀ ਹੈਲਪ ਵੀ ਲਾ ਕੇ ਉਹ ਆਪਣਾ ਵਾਅਦਾ ਨਿਭਾਇਆ ਅਤੇ ਉਹਨਾਂ ਨੂੰ ਆਨਰ ਜ਼ਰੂਰ ਕਰਾਂਗੇ ਅਸੀਂ ਮਤਲਬ ਰੀਅਲ ਰੂਪ 'ਚ ਇਹ ਇੱਕ ਮਦਦ ਦੇ ਰੂਪ 'ਚ ਇਹ ਚੀਜ਼ ਆਈ ਹੈਗੀ ਹੈ ਤਾਂ ਇਹ ਸਾਰੇ ਛੇਤੀ ਲਿਆਵਾਂਗੇ ਬਾਕੀ ਤੁਸੀਂ ਸਾਨੂੰ ਕਹਿ ਰਹੇ ਹਾਂ ਆਪਾਂ ਰਲ ਮਿਲ ਕੇ ਜਿੱਤਣੀ ਹੈ ਬਿਲਕੁਲ ਜੀ ਬਿਲਕੁਲ ਜੰਗ ਸਾਰਿਆਂ ਦੀ ਹੈ ਅਤੇ ਆਪਾਂ ਰਲ ਮਿਲ ਕੇ ਹੀ ਜਿੱਤਣੀ ਹੈ ਧੰਨਵਾਦ ਜੀ